ਕੀ ਹੋਇਆ? ਐਵੇਂ ਸੁਣ ਜੀ ਹੋਈ ਬੈਠੀ ਆ। ਪਤਾ ਨਹੀਂ ਕੀ ਹੋ ਗਿਆ, ਅੱਖਾਂ ਮੁੰਨ ਨਹੀਂ ਰਾਜਾ ਆ ਜਾਂਦਾ, ਮਲਾ ਬੀਬੀ ਡਾਊਨ ਹੋਇਆ ਪਿਆ, ਨਾਲ ਚੱਕਰ ਆ ਜਾਂਦੇ ਆ। ਅੱਛਾ ਚਲ ਕੋਈ ਗੱਲ ਨਹੀਂ, ਫਿਰ ਮੈਂ ਤੈਨੂੰ ਦਵਾਈ ਦਵਾ ਲਿਆਉਣਾ, ਨਾਲੇ ਤਾਂ ਤੇਰਾ ਡਾਕਟਰ ਤੋਂ ਬੀਪੀ ਚੈੱਕ ਕਰਾ ਲਿਆਉਂ, ਨਾਲੇ ਦਵਾਈ ਦਵਾ ਲਿਆਉਣਾ, ਠੀਕ ਆ? ਠੀਕ ਹੈ। ਮੰਮੀ ਹਾਂ ਪੁੱਤ, ਉਹ ਮਨਜੋਤ ਦਾ ਨਾ ਬੀਪੀ ਆ ਡਾਊਨ ਹੋਇਆ ਪਿਆ, ਮੈਂ ਉਹਨੂੰ ਦਵਾਈ ਦਵਾ ਕੇ ਲਿਆਉਣੀ ਆ, ਪੈਸੇ ਦੇ। ਪੁੱਤ ਐਂ ਕਰ, ਤੂੰ ਤੇਰੀ ਬੜੀ ਮਾਂ ਤੋਂ ਲੈ ਲੈ, ਮੇਰੇ ਕੋਲ ਤਾਂ ਹੈ ਨਹੀਂ ਪੈਸੇ। ਉਹਨੇ ਤੈਨੂੰ ਪਤਾ ਤਾਂ ਹੈਗਾ ਪਹਿਲੇ ਬੋਲ ਕਿੱਥੇ ਦੇ ਦੇਣੇ ਨੇ, 100 ਕੁਐਸਚਨ ਕਰੂਗੀ ਮੂਰੋਂ। ਕੋਈ ਨਾ ਪੁੱਤ, ਮੈਂ ਦਵਾਉਣੀ ਆ ਕੇ, ਤੂੰ ਚੱਲ ਮੈਂ ਆਉਣੀ ਆ। ਮਾਤਾ 500 ਰੁਪਇਆ ਦੇਈ, ਮੈਂ ਦਵਾਈ ਦਵਾ ਕੇ ਲਿਆਉਣੀ ਮਨਜੋਤ ਨੂੰ। ਮਨਜੋਤ ਨੂੰ ਕੀ ਹੋਇਆ, ਹੁਣ ਤਾਂ ਹਲੇ ਚੰਗੀ ਭਲੀ ਫਿਰਦੀ ਸੀ ਇੱਥੇ। ਉਹਦਾ ਬੀਪੀ ਡਾਊਨ ਹੋਇਆ ਹੋਇਆ, ਕਹਿੰਦੀ ਨਾਲ ਮੈਨੂੰ ਚੱਕਰ ਆਉਂਦੇ ਨੇ। ਲੈ ਬੀਪੀ ਦੀਆਂ ਕੌਣ ਗੋਲੀਆਂ ਖਾਂਦਾ, ਨਾਲ ਡਾਕਟਰਾਂ ਮੂੰਹ ਪੈਸੇ ਗਵਾਉਂਦਾ, ਆ ਪਾਣੀ 'ਚ ਲੂਣ ਘੋਲ ਕੇ ਪੀ ਲਵੇ ਹੋ ਜਾਣਾ ਠੀਕ। ਵੀ ਸੱਚ ਪੁੱਤ, ਹਾਂ ਮੇਰਾ ਵੀ ਬੀਪੀ ਡਾਊਨ ਹੋ ਜਾਂਦਾ, ਮੈਂ ਤਾਂ ਆਪ ਆ ਲੂਣ ਘੋਲ ਕੇ ਪੀ ਲੈਂਦੇ ਪਾਣੀ 'ਚ, ਠੀਕ ਹੋ ਜਾਂਦਾ। ਉਹਨੂੰ ਕਹਿ ਪੁੱਤ ਲੂਣ ਘੋਲ ਕੇ ਪੀ ਲੂਗੀ, ਕਾਹਨੂੰ ਦਵਾਈਆਂ ਲੈਣੀਆਂ ਨੇ, ਸਾਰ ਨੁਕਸ ਪਾਉਣਗੀਆਂ ਦਵਾਈਆਂ। ਚਲੋ ਕੋਈ ਨਹੀਂ, ਮੈਂ ਤਾਂ ਕਹਿ ਦਿੰਦਾ ਮੈਂ ਫਿਰ। ਪਿਆ ਕੋਈ ਫਰਕ ਜਾਂ ਨਹੀਂ ਅਜੇ? ਨਹੀਂ ਜੀ ਕੋਈ ਫਰਕ ਨਹੀਂ ਪਿਆ, ਨਾਲੇ ਮੈਨੂੰ ਬਿਨਾਂ ਦਵਾਈ ਤੋਂ ਫਰਕ ਪੈਣਾ ਵੀ ਨਹੀਂ, ਦਵਾਈ ਤਾਂ ਲੈ ਕੇ ਆਉਣੀ ਪਊਗੀ। ਅੱਛਾ ਉਹ ਮੰਮੀ ਹੋਰਾਂ ਤਾਂ ਐਂ ਕਹਿੰਦੀਆਂ ਸੀ ਵੀ ਤੂੰ ਪਾਣੀ 'ਚ ਲੂਣ ਘੋਲ ਕੇ ਪੀ ਲਾ, ਉਹਦੇ ਨਾਲ ਬੀਪੀ ਸੈੱਟ ਹੋ ਜਾਊਗਾ ਤੇਰਾ। ਸਰ ਸਿੱਧਾ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਵੱਡੀ ਮਹਾਰਾਣੀ ਨੇ ਪੈਸੇ ਨਹੀਂ ਦਿੱਤੇ? ਉਹ ਯਾਰ ਪੈਸਿਆਂ ਦੀ ਕਿਹੜੀ ਗੱਲ ਆ, ਪੈਸੇ ਤਾਂ ਮੈਂ ਤੈਨੂੰ ਹੁਣ ਲਿਆ ਕੇ ਦਿਖਾ ਦਿੰਦਾ। ਜਾਓ ਲਿਆ ਕੇ ਦਿਖਾਓ ਜਾਓ। ਉਹ ਯਾਰ ਤੂੰ ਪਹਿਲਾਂ ਲੂਣ ਤਾਂ ਘੋਲ ਕੇ ਪੀ ਲਾ ਪਾਣੀ 'ਚ, ਉਹਦੇ ਨਾਲ ਸੈੱਟ ਹੋ ਜਾਏਗੀ, ਨਾਲੇ ਦਵਾਈਆਂ 100 ਨੁਕਸ ਹੋਰ ਪਾਉਣਗੀਆਂ। ਮੇਰੇ 'ਚ 100 ਛੱਡੋ, 1000 ਨੁਕਸ ਪੈ ਜੇ, ਪਰ ਮੈਂ ਤਾਂ ਦਵਾਈ ਲੈ ਕੇ ਆਉਣੀ ਆ। ਜੇ ਤੁਹਾਨੂੰ ਡਰ ਲੱਗਦਾ ਨਾ ਪੈਸੇ ਮੰਗਦੇ ਨੂੰ, ਤਾਂ ਮੈਂ ਪੈਸੇ ਮੰਗ ਕੇ ਲੈ ਕੇ ਆਉਣੀ। ਓਹੋ ਯਾਰ ਸਿਆਣਿਆਂ ਦੀ ਗੱਲ ਮੰਨ ਵੀ ਲੈਂਦੀ ਹੁੰਦੀ ਆ, ਕੀ ਪਤਾ ਤੂੰ ਠੀਕ ਹੋਈ ਜਾਵੇਂ। ਇਹ ਵੀ ਮੰਨਦੀ ਨਹੀਂ ਹੁੰਦੀ, ਇਹ ਆਪਦੀ ਜਿੱਦ ਕਰਦੀ ਆ। ਹੈਲੋ ਮੰਮੀ ਜੀ। ਇਹ ਕੀ ਹੈ ਪੁੱਤ? ਮੰਮੀ ਲੂਣ ਵਾਲਾ ਪਾਣੀ ਆ, ਮੈਂ ਨਾ ਸਪੈਸ਼ਲ ਤੁਹਾਡੇ ਵਾਸਤੇ ਬਣਾਇਆ ਵੀ ਕਿਤੇ ਨਾ ਤੁਹਾਡਾ ਬੀਪੀ ਨਾ ਘੱਟ ਜੇ। ਮੈਨੂੰ ਨਾ ਹੁਣ ਤੁਸੀਂ ਪੈਸੇ ਦਿਓ, ਮੈਂ ਦਵਾਈ ਲੈ ਕੇ ਆਉਣੀ ਆ। ਓਹੋ ਇਹ ਤਾਂ ਪੁੱਤ ਤੈਨੂੰ ਖਿਆ ਸੀ ਪੀਣ ਲਈ, ਮੁੰਡੇ ਨੇ ਦੱਸਿਆ ਕਹਿੰਦੇ ਤੇਰਾ ਬੀਪੀ ਘੱਟ ਗਿਆ। ਇਹਦੇ ਨਾਲ ਤੁਹਾਡਾ ਹੀ ਬੀਪੀ ਸੈੱਟ ਹੁੰਦਾ ਹੋਊਗਾ, ਮੇਰੇ ਮਾਂ ਪਿਓ ਤਾਂ ਮੈਨੂੰ ਦਵਾਈ ਦਵਾ ਕੇ ਲਿਆਉਂਦੇ ਸੀ। ਤੂੰ ਤਾਂ ਰੋਜ਼ੇ ਡਾਕਟਰਾਂ ਦੇ ਫ੍ਰੀ ਜਾਂਦੀ ਆ, ਕਦੀ ਤੇਰਾ ਸਿਰ ਦੁਖਦਾ, ਕਦੀ ਤੇਰਾ ਬੀਪੀ ਡਾਊਨ, ਕਦੀ ਤੇਰਾ ਬੀਪੀ ਅਪ, ਕਦੀ ਤੇਰੇ ਤੇਜ਼ਾਬ ਬਣਦਾ। ਨਾ ਘੱਟ ਖਾ ਲਿਆ ਕਰ, ਜੀਵ ਤੇ ਕੰਟਰੋਲ ਰੱਖਿਆ ਕਰ, ਖਾਂਦੀ ਰਹਿੰਦੀ ਅਲਸੂ ਪਲਸੂ। ਮੈਂ ਕੌਣ ਲਿਆ ਕੇ ਦਿੰਦਾ ਮੈਨੂੰ ਖਾਣ ਨੂੰ, ਆ ਤੁਹਾਡੇ ਹੁਕਮ ਤੋਂ ਬਿਨਾਂ ਨਾ ਤਾਂ ਘਰ 'ਚ ਇੱਕ ਮਾਚਿਸ ਦੀ ਡੱਬੀ ਨਹੀਂ ਆਉਂਦੀ। ਬਥੇਰਾ ਮੰਗਵਾ ਲੈਂਦੀ ਆ ਖਾਣ ਨੂੰ, ਆ ਹੈਗੀ ਆ ਤੈਨੂੰ ਜਿਹਨੇ ਸਿਰ ਚੜਾ ਰੱਖਿਆ, ਦਿੰਦੀ ਆ ਮੇਰੇ ਤੋਂ ਚੋਰੀਓ ਪੈਸੇ। ਕਾਹਨੂੰ ਬੈਸ ਕਰੀ ਜਾਂਦੀ ਆ, ਕੋਈ ਫਾਇਦਾ ਭਲਾ? ਚੱਲ ਪੁੱਤ ਜਾ, ਤੂੰ ਲੂਣ ਵਾਲਾ ਪਾਣੀ ਪੀ ਲੈ। ਲੂਣ ਵਾਲਾ ਪਾਣੀ ਪੀਂਦੀ ਆ ਮੇਰੇ ਪੈਰ ਦੀ ਜੁੱਤੀ। ਤੁਸੀਂ ਮੈਨੂੰ ਇਹ ਦੱਸੋ ਪੈਸੇ ਦੇਣੇ ਆ ਦਵਾਈ ਨੂੰ ਕਿ ਨਹੀਂ ਦੇਣੇ? ਆ ਦੇਖ ਲੈ, ਹਜੇ ਕਹਿੰਦੀ ਮੇਰਾ ਬੀਪੀ ਡਾਊਨ ਹੈ, ਕੈਂਚੀ ਵਾਂਗੂ ਜਵਾਨ ਚੱਲਦੀ ਆ, ਇਹ ਨਹੀਂ ਸਾਨੂੰ ਸੱਸਾਂ ਸਮਝਦੀ। ਹਾਂ ਤੈਨੂੰ ਮੈਂ ਦੱਸਤਾ, ਲੈ ਫੜ 200 ਰੁਪਈਆ ਲਿਆ ਦਵਾਈ, ਜੇ ਤੇਰਾ ਨਹੀਂ ਸਰਦਾ। ਇੱਕ ਸਾਡੀ ਸੱਸ ਸੀ, ਸਾਨੂੰ ਨਿੰਬੂ ਘੋਲ ਕੇ ਪੜਾ ਦਿੰਦੀ ਸੀ ਲੂਣ ਪਾ ਕੇ, ਲੈ ਫੜ ਹੋ ਜਾਣਗੀਆਂ ਠੀਕ, ਕਦੀ ਡਾਕਟਰ ਦਾ ਮੂੰਹ ਨਹੀਂ ਸੀ ਦੇਖਿਆ। ਚੱਲ ਭੈਣੇ ਆਪਣਾ ਟਾਈਮ ਆਪਣੇ ਨਾਲ, ਮੈਂ ਤੈਨੂੰ ਸ਼ਰੀਫ ਸਮਝਦੀ ਸੀ, ਇਹ ਤਾਂ ਉਹਦੇ ਨਾਲ ਵੀ ਚੱਕਮੀ ਆ।
ਉਹ ਤਾਂ ਹਜੇ ਕਹਿਣਾ ਮੰਨ ਨਹੀਂ ਲੈਂਦੀ ਸੀ। ਇਹ ਦੇਖ ਲੈ ਜਿੱਦ ਨਾਲ ਪੈਸੇ ਲੈ ਕੇ ਗਈ ਆ, ਬਾਹਲੀ ਜਿੱਦਣ ਆਏ ਤਾਂ। ਅੱਜ ਕੱਲ੍ਹ ਦੀਆਂ ਕੁੜੀਆਂ ਭੈਣੇ ਮਾਂ ਬਾਪ ਨੇ ਲਾਡਲੀਆਂ ਰੱਖ ਕੇ ਪਾਲੀਆਂ ਹੋਈਆਂ ਨੇ, ਤਾਂ ਹੀ ਤਾਂ ਕਿਸੇ ਦੀ ਗੱਲ ਨਹੀਂ ਸਹਿੰਦੀਆਂ ਸਹੁਰੇ ਘਰ। ਪਰ ਸਹੁਰੇ ਘਰ ਤਾਂ ਮਾੜਾ ਮੋਟਾ ਕਹਾਉਣਾ ਹੀ ਪੈਂਦਾ ਹੁੰਦਾ। ਕੋਈ ਨਹੀਂ, ਇਹਨੂੰ ਕਰਦੀ ਹਾਂ ਮੈਂ ਸਿੱਧੀ ਨਾ, ਇਹਨੂੰ ਤੱਕਲੇ ਵਾਂਗੂ ਸਿੱਧਾ ਕੀਤਾ ਨਾ, ਤਾਂ ਮੇਰਾ ਵੀ ਤੂੰ ਨਾ ਮਿਟਾ ਦੇ। ਆ ਤੁਹਾਡੀਆਂ ਬੁੜੀਆਂ ਨਾ, ਤੇਰੀ ਭਰਜਾਈ ਤੈਨੂੰ ਸੈੱਟ ਹੋਊਗਾ, ਇਹਨਾਂ ਦੇ ਵਾਲ ਮੈਂ ਕੱਢੂ ਹੁਣ। ਉਹ ਯਾਰ ਉਹ ਕੀ ਤੇਰੀਆਂ ਦੁਸ਼ਮਣ ਨੇ, ਤੇਰੇ ਭਲੇ ਲਈ ਉਹ ਕਹਿੰਦੀਆਂ ਨੇ ਜੋ ਵੀ ਕਹਿੰਦੀਆਂ ਨੇ। ਭਲੇ ਲਈ ਨਹੀਂ ਕਹਿੰਦੀਆਂ, ਜਾਣ ਕੇ ਨਾ ਰੋਹਬ ਚਾੜਨ ਦੀ ਆਦਤ ਪਈ ਹੋਈ ਆ। ਚੱਲ ਛੱਡ ਤੂੰ ਮਾਰ ਗੁੱਸੇ ਨੂੰ, ਚੱਲ ਤੈਨੂੰ ਦਵਾਈ ਲਾ ਕੇ ਲਿਆਵਾਂ। ਨਾ ਹੁਣ ਨਹੀਂ ਮੈਂ ਜਾਂਦੀ ਦਵਾਈ ਲੈਣ, ਮੈਂ ਤਾਂ ਬਸ ਤੁਹਾਡੀ ਵੱਡੀ ਮੰਮੀ ਦੀ ਹਿੰਡੀ ਭੰਨਣੀ ਸੀਗੀ, ਆ ਪੈਸੇ ਲੈ ਕੇ ਆਉਣੇ ਸੀ ਤੇ ਲਿਆਂਦੇ, ਤੁਹਾਨੂੰ ਤਾਂ ਦਿੱਤੇ ਨਹੀਂ ਹੈਗੇ। ਮੈਂ ਕੀ ਕਰਨ ਨੇ ਪੈਸੇ ਲੈ ਫੜ, ਨਾਲੇ ਜੇ ਦਵਾਈ ਉਹ ਨਹੀਂ ਲੈਣ ਜਾਣਾ ਸੀ ਫਿਰ ਤਾਂ ਪੈਸੇ ਕਿਉਂ ਲੱਗੇ ਆਈਆਂ? ਉਹਨਾਂ ਨੂੰ ਲੂਣ ਵਾਲਾ ਪਾਣੀ ਘੋਲ ਕੇ ਦੇ ਕੇ ਆਈਆਂ ਵੀ ਕਿਤੇ ਬੀਪੀ ਨਾ ਘੱਟ ਜੇ, ਤੇ ਉਹਦਾ ਕਿਰਾਇਆ ਇਹ। ਤੁਸੀਂ ਤਾਂ ਯਾਰ ਉਹੀ ਬਿਨਾਂ ਗੱਲ ਤੋਂ ਜਿੱਦ ਕਰੀਆਂ ਨਹੀਂ ਅੱਖ ਦੂਜੇ ਦੀ। ਹਾਂ ਕੱਪੜੇ ਤਾਂ ਸੁੱਕ ਗਏ ਸਾਰੇ। ਲਓ ਮੰਮੀ ਜੀ ਤੁਸੀਂ ਵਿਹਲੇ ਬੈਠੇ ਹੋ, ਆ ਪਿਆਜ਼ ਹੀ ਕੱਟ ਦਿਓ ਨਾ। ਜੇ ਮੈਂ ਪਿਆਜ਼ ਕੱਟ ਦਿੱਤੇ ਤਾਂ ਤੂੰ ਕੀ ਕਰਨਾ? ਘਰੇ ਹੋਰ ਵੀ ਬਥੇਰੇ ਕੰਮ ਨੇ, ਮੈਂ ਉਹ ਕਰ ਲੂੰਗੀ, ਤੁਸੀਂ ਇੰਨੇ ਪਿਆਜ਼ ਕੱਟ ਦਿਓ ਤਾਂ ਕੀ ਹੋ ਜੂ? ਮੇਰੇ ਤੋਂ ਨਹੀਂ ਕੱਟੇ ਜਾਂਦੇ, ਤੂੰ ਕੱਟਣੇ ਆ ਕੱਟ ਲਾ, ਨਹੀਂ ਤੇਰੀ ਮਰਜ਼ੀ। ਲੈ ਪੁੱਤ ਮੈਂ ਕੱਟ ਦਿੰਦੀ ਹਾਂ, ਰੌਲਾ ਕਾਹਨੂੰ ਪਾਇਆ। ਮੰਮੀ ਤੁਸੀਂ ਤਾਂ ਕੱਪੜੇ ਤੈਅ ਮਾਰੀ ਉਹਨੂੰ, ਜੇ ਮੰਮੀ ਪਿਆਜ਼ ਕੱਟ ਦੂ ਤਾਂ ਕੀ ਹੋ ਜੂ? ਵੈਸੇ ਵੀ ਤਾਂ ਵਿਹਲੀ ਬੈਠੀ ਆ। ਮੇਰੇ ਤੋਂ ਨਹੀਂ ਕੱਟੇ ਜਾਂਦੇ, ਜੇ ਤੂੰ ਕੱਟਣੇ ਆ ਤਾਂ ਕੱਟ ਲਾ, ਤੂੰ ਮੇਰੀ ਸੱਸ ਨਹੀਂ ਹੈਗੀ ਜਿਹੜੀ ਮੈਨੂੰ 10-10 ਕੰਮ ਕਰਵਾਉਂਗੀ ਮੇਰੇ ਤੋਂ। ਚਲੋ ਠੀਕ ਆ ਫਿਰ, ਨਾ ਕੱਟੋ ਆ ਪਏ ਪਿਆਜ਼, ਅੱਜ ਨਾ ਅਚਾਰ ਨਾਲ ਹੀ ਰੋਟੀ ਖਾ ਲਿਓ, ਸਬਜ਼ੀ ਨਹੀਂ ਬਣਦੀ ਫਿਰ। ਆ ਦੇਖ ਲੈ ਕਿਵੇਂ ਸਿਰ ਚੜੀ ਆ, ਪਰ ਚੜਾਈ ਵੀ ਤਾਂ ਤੂੰ ਹੀ ਆ ਸਿਰ, ਕਰਦੀ ਆ ਉਹਦੇ ਮੋਹਰੇ ਹੁੱਬ ਹੁੱਬ ਕੇ ਭੱਜ ਭੱਜ ਕੇ ਕੰਮ, ਉਹੀ ਕੰਮ ਮੇਤੋਂ ਭਾਲਦੀ ਹੈ। ਨਹੀਂ ਚੱਲ ਕੋਈ ਨਾ, ਪਿਆਜ਼ ਕੱਟਣੇ ਨੇ ਮੈਂ ਕੱਟ ਦੇਣੀ ਆ, ਕਿੰਨਾ ਕੁ ਟਾਈਮ ਲੱਗਦਾ ਪਿਆਜ਼ ਕੱਟਣ ਨੂੰ? ਜਿਹੀ ਜੀ ਤੂੰ ਆ ਉਹੀ ਜੀ ਉਹ ਹੈ। ਕਰੀ ਜਾ ਫਿਰ ਕੰਮ, ਜੇ ਅੱਜ ਪਿਆਜ਼ ਕੱਟਤੇ ਨਾ ਇਹਨੇ ਰੋਜ਼ ਕੋਈ ਨਾ ਕੋਈ ਕੰਮ ਕੱਢ ਦੇਣਾ, ਲਫੜ ਵਿਹਲੀਆਂ ਬੈਠੀਆਂ ਕਰ ਦੇ, ਤੂੰ ਕਰੀ ਚੱਲ ਮੇਰੇ ਤੋਂ ਨਹੀਂ ਹੁੰਦੇ। ਨਹੀਂ ਚੱਲ ਰੋਟੀ ਤਾਂ ਆਪਾਂ ਨੇ ਵੀ ਖਾਣੀ ਹੈ, ਕਾਹਨੂੰ ਜਿੱਦ ਫੜੀ ਆ, ਲੈ ਫੜ, ਕਿੰਨਾ ਕੁ ਟਾਈਮ ਲੱਗਦਾ ਕੱਟਣ ਨੂੰ? ਲੈ ਫੜ ਤੂੰ ਛਿੱਲ ਦੇ, ਮੈਂ ਕੱਟ ਦੇਣੀ ਆ ਪਿਆਜ਼। ਕਰੀ ਜਾ ਮੋਹਰੇ ਉਹ ਕੰਮ, ਬਾਅਦ ਵਿੱਚ ਆਪਾਂ ਨੂੰ ਤੰਗ ਕਰੂੰਗੀ, ਫੜਾ ਉਹ ਮੈਂ ਛਿੱਲ ਦਿੰਦੀ ਹਾਂ। ਲੈ ਛਿੱਲ ਛਿੱਲ ਫਟਾਫਟ, 2 ਮਿੰਟ ਲੱਗਦੇ ਨੇ, ਐਵੇਂ ਕਲੇਸ ਪਾ ਕੇ ਬਹਿ ਜਾਣੀ ਹੋ। ਭਾਬੀ ਮੈਂ ਤਾਂ ਕਮਾਲੇ ਕਰਤੀ, ਦੋਏ ਮੰਮੀਆਂ ਕੰਮ ਲਾ ਰੱਖੇ ਨੇ, ਇੱਕ ਪਿਆ ਸਿਲ ਰਹੀ ਆ ਇੱਕ ਕੱਟ ਰਹੀ ਆ, ਮੇਰੇ ਵਾਲੀ ਤਾਂ ਨਾ ਰੋਣ ਜੋਗੀ ਸੀ ਜੀ। ਰੋਣ ਜੋਗੀ ਸੀ ਤਾਂ ਹੀ ਉਹ ਪੇਕੇ ਜਾ ਕੇ ਬਹਿ ਗਈ, ਮੈਂ ਤਾਂ ਸਿੱਧੇ ਨਾਲ ਸਿੱਧੀ ਤੇ ਪੁੱਠੇ ਨਾਲ ਪੁੱਠੀ ਚੱਲਦੀ ਆ। ਉਹ ਭਾਬੀ ਇਹ ਤਾਂ ਲੋਟ ਵੀ ਤੇਰੇ ਕੋਲ ਹੀ ਆਉਣਗੀਆਂ, ਹੁਣ ਤਾਂ ਪਾਈ ਰੱਖਦੇ ਸਾਰਾ ਦਿਨ। ਇੰਨੇ ਤਾਂ ਬਾਹਲੀ ਸਭ ਕੁੜੀ ਨਾਲ ਪੈ ਗਿਆ ਸੀਗਾ, ਤਾਂ ਹੀ ਮੱਛੀਆਂ ਫਿਰਦੀਆਂ ਸੀ, ਹੁਣ ਦੇਖੀ ਜਾਈ ਵੀਰੇ ਅੱਗੇ ਅੱਗੇ ਹੁੰਦਾ ਹੈ ਕੀ। ਜੇ ਸਿੱਧੀਆਂ ਹੋ ਜਾਣ ਫਿਰ ਤਾਂ ਮੈਂ ਵੀ ਆਪਣੇ ਲਈ ਲੈ ਆਉਂਗਾ। ਕੀ ਕਰਦੀਆਂ ਭੈਣੇ? ਕੀ ਕਰਨਾ, ਆ ਬਾਹਰ ਦੇਖ ਕੇ ਆਈ ਆ, ਡੰਗਰਾਂ ਕੰਨਿਓ ਸੀ। ਚੱਲ ਵਧੀਆ ਗੇੜਾ ਲਾਇਆ ਜੀ। ਗੇੜਾ ਤਾਂ ਲਾਇਆ ਹੀ, ਦੇਖ ਲੈ 12 ਵੱਜ ਰਹੇ ਨੇ, 10 ਵਜੇ ਦੀ ਚਾਹ ਨੂੰ ਹੋਰ 2 ਘੰਟਿਆਂ 'ਤੇ ਆਥਣ ਦੀ ਚਾਹ ਦਾ ਟਾਈਮ ਹੋ ਜਾਣਾ। ਕਹੇ ਤਾਂ ਫਿਰ ਗੁੱਸਾ ਕਰਦੀ ਤੂੰ ਵੀ, ਤਾਂ ਉਹ ਵੀ ਹਾਲੇ ਤੱਕ ਮਹਾਰਾਣੀ ਨੇ ਚਾਹ ਨਹੀਂ ਬਣਾਈ। ਕੋਈ ਕੰਮ ਕਰਦੀ ਹੋਣੀ ਬਹੂ, ਚੱਲ ਮੈਂ ਬਣਾ ਲਿਆਉਣੀ ਆ ਚਾਹ। ਰਹਿਣ ਦੇ, ਮੈਂ ਚਾਹ ਵੀ ਨਾ ਸਾਰ ਲਊਂਗੀ, ਜੇ ਤੂੰ ਅੱਜ ਚਾਹ ਬਣਾਤੀ 10 ਵਾਲੀ ਨਾ, ਰੋਜ਼ ਹੀ ਉਹਨੇ ਕਹਿ ਦਿਆ ਕਰਨਾ ਵੀ ਮੰਮੀ ਤੂੰ ਹੀ ਚਾਹ ਬਣਾ, ਤੂੰ ਹੀ ਚਾਹ ਬਣਾ। ਚੱਲ ਕੋਈ ਨਾ, ਮੈਂ ਕਹਿਣੀ ਆ ਉਹਨੂੰ, ਬਣਾ ਦੂੰਗੀ ਚਾਹ। ਪੁੱਤ ਮਨਜੋਤ 12 ਵੱਜ ਗਏ, ਤਾਂ ਹਜੇ ਤੱਕ ਚਾਹ ਨਹੀਂ ਕਰੀ ਹੈਗੀ। ਮੰਮੀ ਮੇਰੇ ਨਾਲ ਤੇ ਆਪ ਬਣਿਆ ਹੋਇਆ ਸੀ, ਤਾਂ ਨਹੀਂ ਬਣਾਈ ਚਾਹ। ਲੈ
ਤੇਜਾਬ ਪੁੱਤ ਤੇਰਾ ਬਣਿਆ ਵੈ, ਮੇਰਾ ਔਰ ਤੇਰੀ ਵੱਡੀ ਮਾਂ ਦਾ ਤਾਂ ਨਹੀਂ ਬਣਿਆ ਵਾ ਤੇਜਾਬ। ਫਿਰ ਵੱਡੀ ਮੰਮੀ ਆਪ ਬਣਾ ਲੈਂਦੇ, ਉਹ ਵੀ ਤਾਂ ਵਿਹਲੇ ਬੈਠੇ ਹੋਣੇ ਕਿ ਕੋਈ ਕੰਮ ਕਰ ਰਹੇ ਆ। ਚੱਲ ਕੋਈ ਨਾ, ਮੈਂ ਤਾਂ ਆਪੇ ਬਣਾ ਲੈਂਦੇ ਪੁੱਤ ਜੇ ਤੇਰੇ ਕੋਲ ਨਹੀਂ ਹੈਗਾ ਟਾਈਮ। ਬਸ ਰਹਿਣ ਦੋ ਮੰਮੀ, ਜੇ ਬਣਾਉਣੀ ਹੁੰਦੀ ਨਾ ਹੁਣ ਨੂੰ ਬਣਾ ਲੈਂਦੇ, ਮੈਨੂੰ ਨਾ ਕਹਿਣ ਆਉਂਦੇ। ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲਓ, ਮੈਂ ਨਾ ਵੱਡੀ ਮੰਮੀ ਨੂੰ ਹੁਣ ਵੱਡੀ ਮੰਮੀ ਨਹੀਂ ਕਹਿਣਾ, ਕਿਉਂਕਿ ਉਹ ਤਾਂ ਥੋੜ੍ਹੇ ਤੋਂ ਛੋਟੇ ਆ, ਜਾਂ ਤਾਂ ਛੋਟੀ ਮੰਮੀ ਕਿਹਾ ਕਰੂੰ ਅਤੇ ਜਾਂ ਫਿਰ ਮਾਸੀ ਕਿਹਾ ਕਰੂੰ। ਚੱਲ ਤੇਰੀ ਮਰਜ਼ੀ ਆ ਭਾਈ, ਹੈਂਗੀ ਤਾਂ ਮੇਰੇ ਤੋਂ ਛੋਟੀ ਹੋ, ਤੂੰ ਚਾਹੇ ਮਾਸੀਕ ਹੈ ਚਾਹੇ ਉਹਦਾ ਨਾਮ ਲੈ ਲਿਆ ਕਰ, ਸਾਡੇ ਜਵਾਕ ਤਾਂ ਸ਼ੁਰੂ ਤੋਂ ਹੀ ਉਹਨੂੰ ਬੜੀ ਮੰਮੀ ਉਹ ਕਹਿੰਦੇ ਨੇ। ਕੋਈ ਨਾ ਮੰਮੀ, ਮੈਂ ਚਾਹ ਬਣਾਉਣੀ ਆ। ਸਾਰਾ ਦਿਨ ਵਿਹਲੀਆਂ ਬੈਠੀਆਂ ਕੱਢ ਦਿੰਦੀਆਂ, ਟੱਕਾਂ ਨਹੀਂ ਦੂਰਾ ਕਰਦੀਆਂ, ਅਤੇ ਖਾਣ ਨੂੰ ਪੂਰੇ ਟਾਈਮ 'ਤੇ ਚਾਹੀਦਾ ਇਹਨਾਂ ਨੂੰ। ਆਲੋ ਮਾਸੀ ਜੀ, ਚਾਹ ਪੀ ਲਓ। ਮਾਸੀ ਨਾ, ਅੱਜ ਮੈਨੂੰ ਕਿਉਂ ਮਾਸੀ ਕਿਹਾ, ਅੱਗੇ ਤਾਂ ਬੜੀ ਮੰਮੀ ਕਰਦੀ ਆ। ਲੱਗਦੇ ਤਾਂ ਮਾਸੀ ਹੋ, ਜੇ ਮਾਸੀ ਕਹਿਤਾ ਫਿਰ ਤੁਹਾਨੂੰ ਬੁਰਾ ਕਿਉਂ ਲੱਗਿਆ? ਜੇ ਮਾਸੀ ਕਹਿਣਾ ਵੀ ਔਖਾ ਲੱਗਦਾ, ਤੂੰ ਭਾਵੇਂ ਮੇਰਾ ਨਾਂ ਲੈ ਲਿਆ ਕਰ, ਤਾਂ ਵੀ ਕੋਈ ਗੱਲ ਨਹੀਂ। ਮਨਜੋਤ ਭਾਈ ਮੇਰੀ ਗੱਲ ਸੁਣ, ਤੂੰ ਇੰਨੀ ਜਿੱਦ ਨਾ ਕਰਿਆ ਕਰ, ਜਿੰਨਾ ਕੁ ਕੰਮ ਹੁੰਦਾ ਤੇਰੇ ਤੋਂ ਕਰ ਲਿਆ ਕਰ, ਨਹੀਂ ਛੱਡ ਦਿਆ ਕਰ, ਮੈਂ ਤਾਂ ਆਪੇ ਕਰ ਲੂੰਗੀ। ਆ ਦੇਖ ਲਾ, ਜਮਾਂ ਹੀ ਫਿੱਕੀ ਬਣਾਤੀ ਚਾਹ, ਇਹਨੂੰ ਕਹਿ ਚੱਜ ਨਾਲ ਅੱਗ ਲਾ ਲਿਆ ਕਰ, ਮੱਚੀ ਮਚਾਈ ਨੇ ਬਣਾਈ ਹੋਣੀ ਆ ਚਾਹ ਵੀ। ਮਨਜੋਤ ਚਾਹ 'ਚ ਮਿੱਠਾ ਤਾਂ ਪਾ ਲੈਂਦੀ ਭਾਈ ਭੋਰਾ, ਜਮਾਂ ਹੀ ਫਿੱਕੀ ਕਰਕੇ ਰੱਖਤੀ। ਵਿਹਲੀਆਂ ਬੈਠੇ ਨੂੰ ਗੱਲਾਂ ਆਉਂਦੀਆਂ ਨੇ, ਕੋਈ ਨਾ ਹੁਣ ਵਧਾਉਣੀ ਤੁਹਾਡਾ ਸ਼ੂਗਰ। ਲਓ ਮਾਸੀ ਜੀ, ਖੰਡ ਹੀ ਖੰਡ, ਤੁਹਾਨੂੰ ਖੰਡ ਦਾ ਘਾਟਾ, ਲੈ ਫਿਰ ਉਹ ਚਮਚਾ ਤੇ ਚਾਹ ਮਿੱਠੀ। ਆ ਦੇਖ ਲੈ, ਕਰਾ ਲੈ ਇਹ ਤੋਂ ਕੰਮ, ਫੇਕ ਨਾ ਬੋਲਦੀ ਆ, ਆ ਸੁਧਾ ਸਿਰਾ ਹੀ ਕਰ ਗਈ। ਮਨਜੋਤ ਤੇਰੀ ਕੋਈ ਜਿੱਦ ਹੈ? ਤੂੰ ਜਾਣ ਬੁੱਝ ਕੇ ਹੈਰਾਨ ਕਰਦੀ ਤੇਰੀ ਬੜੀ ਮੰਮੀ ਨੂੰ। ਲੈ ਮੰਮੀ ਜੀ, ਮੈਂ ਕਹਿੰਦਾ ਹੈਰਾਨ ਕਰਦੀ ਆ ਮਾਸੀ ਨੂੰ, ਕਦੇ ਤਾਂ ਮਾਸੀ ਜੀ ਕਹਿ ਦਿੰਦੇ ਆ ਚਾਹ ਫਿੱਕੀ ਆ, ਕਦੇ ਕਹਿ ਦਿੰਦੇ ਆ ਚਾਹ ਮਿੱਠੀ ਆ। ਮੈਨੂੰ ਮਾਸੀ ਨਾ ਕਰਿਆ ਕਰ, ਜ਼ਹਿਰ ਵਰਗੀ ਲੱਗਦੀ ਆ, ਜੇ ਮੰਮੀ ਕਹਿ ਕੇ ਬੁਲਾਉਣਾ ਠੀਕ ਹੈ, ਨਹੀਂ ਤੇਰੀ ਮਰਜ਼ੀ, ਨਾ ਬੁਲਾ। ਕਮਾਲ ਆ, ਮਾਸੀ ਨੂੰ ਮਾਸੀ ਨਾ ਕਹੂੰ ਤਾਂ ਕੀ ਕਹੂੰ, ਸਰੇ ਪਿਆ ਲੋਕਾਂ ਦਾ। ਆ ਦੇਖ ਲੈ ਹੁਣ, ਮਾਂ ਤੋਂ ਮਾਸੀ ਤੇ ਆ ਗਈ, ਮਾਸੀ ਤੋਂ ਲੋਕਾਂ ਤੇ ਆ ਗਈ, ਦੇਖੀ ਕਿਸੇ ਦਿਨ ਆਪਾਂ ਨੂੰ ਗੁੱਤੋਂ ਫੜ ਕੇ ਬਾਹਰ ਕੱਢੂੰਗੀ। ਕੋਈ ਨਾ, ਆ ਜਾਣ ਦੇ ਮੁੰਡੇ ਨੂੰ, ਉਹਨੂੰ ਦੱਸੂਗੀ ਮੈਂ ਵੀ ਤੇਰੀ ਬੜੀ ਮੰਮੀ ਨੂੰ ਐਂ ਬੋਲਦੀ ਹੈ ਇਹ। ਲੈ ਮੁੰਡੇ ਨੇ ਕੀ ਕਰਨਾ ਭਲੀਏ ਮਾਨਸੇ, ਪਹਿਲਾਂ ਮੇਰੇ ਵਾਲਾ ਨਹੀਂ ਸੀ ਬੋਲਦਾ ਤੀਵੀਂ ਸਾਹਮਣੇ, ਹੁਣ ਇਹ ਨਹੀਂ ਬੋਲਦਾ। ਮਾਤਾ ਵਿਹਲੀਆਂ ਬੈਠੀਆਂ ਕਿਹਦੀਆਂ ਚੁਗਲੀਆਂ ਕਰੀਆਂ ਨੇ, ਕੋਈ ਕੰਮ ਕਰ ਲਿਆ ਕਰੋ। ਲੈ ਦੇਖ ਲੈ, ਪਹਿਲਾਂ ਤੇਰੀ ਤੀਵੀਂ ਤੋਂ ਨਹੀਂ ਅਸੀਂ ਵਿਹਲੀਆਂ ਬੈਠੀਆਂ ਜਰੀਆਂ ਗਈਆਂ, ਹੁਣ ਤੇਰੇ ਤੋਂ ਨਹੀਂ ਜਰੀਆਂ ਗਈਆਂ। ਤੂੰ ਐਂ ਕਰ, ਸਾਨੂੰ ਕਿਸੇ ਮਿਸਤਰੀ ਨਾਲ ਦੋਹਾਂ ਨੂੰ ਦਿਹਾੜੀ ਤੋਰ ਦਿਆ ਕਰ, ਨਾਲੇ ਤਾਂ 500 ਰੁਪਈਆ ਰੋਜ਼ ਦਾ ਘਰ ਆਊਂਗਾ, ਅਤੇ ਨਾਲੇ ਤੁਹਾਨੂੰ ਅਸੀਂ ਦਿਸੂਗੀਆਂ ਨਾ, ਘਰ ਵਿਹਲਾ ਹੋ ਜਾਊ। ਵੱਡੀ ਮੰਮੀ ਮੈਂ ਤਾਂ ਮਜ਼ਾਕ ਕਰਦਾ ਸੀ, ਤੂੰ ਤਾਂ ਮਜ਼ਾਕ ਦੀ ਗੱਲ ਨੂੰ ਵੀ ਗੁੱਸੇ 'ਚ ਲੈ ਜਾਂਦੀ ਆ। ਸ਼ੁਕਰ ਹੈ ਤੇਰੇ ਮੂੰਹੋਂ ਮੰਮੀ ਤਾਂ ਸਰਿਆ, ਤੀਵੀਂ ਤਾਂ ਤੇਰੀ ਮੈਨੂੰ ਮਾਸੀ ਕਹਿਣ ਲੱਗ ਪਈ, ਉਹ ਨਹੀਂ ਹੁਣ ਕਹਿੰਦੀ ਮੰਮੀ। ਹੋਰ ਪੁੱਤ ਮਨਜੋਤ ਨੂੰ ਤੂੰ ਸਮਝਾ ਥੋੜ੍ਹਾ ਬਹੁਤਾ, ਉਹ ਤਾਂ ਤੇਰੀ ਬੜੀ ਮਾਂ ਨੂੰ ਬਹੁਤ ਬੋਲਣ ਲੱਗ ਗਈ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਬਹੂਆਂ ਵੱਡੀ ਮੰਮੀ ਦੇ ਮੂਹਰੇ ਕਦੋਂ ਬੋਲਦੀਆਂ ਨੇ, ਪਰ ਭਾਬੀ ਦਾ ਪੇਚਾ ਵੀ ਵੱਡੀ ਮੰਮੀ ਨਾਲ ਹੀ ਪੈਂਦਾ ਹੁੰਦਾ ਸੀ। ਤੇਰੀ ਮਾਂ ਭਾਈ ਉਹਨਾਂ ਨੂੰ ਕੰਮ ਨੂੰ ਨਹੀਂ ਕਹਿੰਦੀ, ਆਪੇ ਮੂਹਰੇ ਭੱਜ ਭੱਜ ਕੰਮ ਕਰਦੀ ਹੈ, ਮੈਂ ਵਿਗੜੇ ਡੁੱਲੇ ਤੇ ਕਹਿ ਦਿੰਦੀ ਹਾਂ, ਅਤੇ ਨਾਲੇ ਕੰਮ ਨੂੰ ਕਹਿ ਦਿੰਦੀ ਵੀ ਭਾਈ ਆਹ ਕੰਮ ਕਰ ਲਓ, ਪਹਿਲਾਂ ਫੋਨ ਫੇਰ ਦੇਖ ਲਿਓ, ਇਸ ਗੱਲੋਂ ਮੈਂ ਜ਼ਹਿਰ ਵਰਗੀ ਲੱਗਦੀ ਹਾਂ। ਵੈਸੇ ਜੇ ਤੁਸੀਂ ਥੋੜ੍ਹਾ ਬਹੁਤਾ ਕੰਮ ਦੋਨੇ ਜਣੀਆਂ ਕਰ ਲਿਆ ਕਰੋ ਤਾਂ ਮਨਜੋਤ ਦੀ ਕਿੰਨੀ ਹੈਲਪ ਹੋ ਜਾਇਆ ਕਰੇ, ਨਾਲੇ ਤੁਹਾਡੇ ਹੱਡ ਗੋਡੇ ਚੱਲਦੇ ਰਹਿਣ। ਜਿੰਨਾ ਕੁ ਕੰਮ ਬਣਦਾ ਭਾਈ ਅਸੀਂ ਕਰੀ ਜਾਂਦੇ ਹਾਂ,
ਨਾਲੇ ਕੰਮ ਕਰਨ ਦੀ ਵੀ ਕੋਈ ਉਮਰ ਹੁੰਦੀ ਆ। ਜਦ ਅਸੀਂ ਇਹਦੇ ਵਰਗੀਆਂ ਸੀਗੀਆਂ ਬਥੇਰਾ ਕੰਮ ਕਰਿਆ, ਕਰੇ ਸੱਚ ਤੋਂ ਕਹਾਇਆ ਨਹੀਂ ਸੀ। ਜੇ ਤੁਹਾਨੂੰ ਲੱਗਦਾ ਹੈ ਵੀ ਮਨਜੋਤ ਵੀ ਕੰਮ ਨਹੀਂ ਕਰਦੀ, ਫਿਰ ਐਂ ਕਰੋ ਇਹਨੂੰ ਵੀ ਪੇਕੀ ਤੋਰ ਦਿਉ, ਪਹਿਲਾਂ ਭਾਬੀ ਬੈਠੀ ਆ, ਫਿਰ ਤੁਸੀਂ ਦੋਨੇ ਜਣੀਆਂ ਰਲ ਕੇ ਕੰਮ ਕਰ ਲਿਆ ਕਰਿਓ, ਨਾਲੇ ਲੜੀ ਜਾਇਆ ਕਰਿਓ, ਫਿਰ ਤਾਂ ਤੁਹਾਨੂੰ ਸੌਖਾ ਹੋ ਜੂਗਾ। ਦੇਖ ਲੈ ਇਹਦੇ ਵੱਲਾਂ ਵੀ ਦੇਖ ਲੈ, ਤੀਮੀਆਂ ਨੂੰ ਨਹੀਂ ਕੁਛ ਕਹਿਣ ਦਿੰਦੇ ਇਹ, ਮਾਮਾ ਨੂੰ ਤਾਂ ਜ਼ਰੂਰ ਕਹਿ ਦੇਣਗੇ ਵੀ ਤੁਸੀਂ ਕੰਮ ਕਰ ਲਓ, ਤੀਮੀਆਂ ਨੂੰ ਨਹੀਂ ਕਹਿੰਦੇ ਵੀ ਤੂੰ ਵੀ ਡੱਖਾ ਦੋਹਰਾ ਕਰ ਲੈ, ਤੂੰ ਕਿਉਂ ਨਹੀਂ ਕਰਦੀ, ਤੂੰ ਫੋਨ ਦੋ ਘੜੀ ਛੱਡ ਦੇ, ਜਦੋਂ ਦੇਖ ਲਓ ਪੇਕਿਆਂ ਨੂੰ ਫੋਨ ਲਾਈ ਫੈਠੀ ਰਹਿੰਦੀ ਆ। ਉਹ ਤੀਵੀਆਂ ਨੂੰ ਵੀ ਮੈਂ ਤਾਂ ਕਹਿੰਦੇ ਹੀ ਹਾਂ, ਜੇ ਤੀਵੀਆਂ ਦਾ ਪੱਖ ਲੈਣ ਵਾਲੇ ਹੁੰਦੇ ਫਿਰ ਭਾਬੀ ਪੇਕੀ ਕਿਉਂ ਬੈਠੀ ਹੁੰਦੀ, ਫਿਰ ਤਾਂ ਹੁਣ ਨੂੰ ਵੀਰਾਂ ਉਹਨੂੰ ਲੈ ਕੇ ਅੱਡ ਹੋਇਆ ਹੋਇਆ ਹੁੰਦਾ। ਲੈ ਇੰਨਾ ਥੱਲੇ ਤਾਂ ਦਾਲ ਨਹੀਂ ਲੱਗੀ ਜਿੰਨੀ ਇਹ ਆਪਣੀਆਂ ਤੀਵੀਆਂ ਦੇ ਥੱਲੇ ਲੱਗੇ ਹੋਏ ਨੇ, ਇਹ ਨਹੀਂ ਕਹਾਉਂਦੇ ਗੱਲ ਹੁਣ ਭਾਈ। ਲੈ ਮਹਾਰਾਣੀ ਹੁਣ ਘਰੇ ਪਾਉਣ ਵਾਲੇ ਕੱਪੜੇ ਪ੍ਰੈਸ ਕਰਕੇ ਪਵਾਉਂਦੀਆਂ ਨੇ ਜਿਵੇਂ ਡਾਕਟਰਨੀਆਂ ਲੱਗੀਆਂ ਹੁੰਦੀਆਂ ਨੇ, ਕੌਲੇ ਚੱਕ ਕੇ ਇੱਥੋਂ ਤੋਂ ਉੱਥੇ ਨਹੀਂ ਕਰਨੀ, ਵਾਲ ਪਤਾ ਨਹੀਂ ਕਿਵੇਂ ਪੈ ਜਾਂਦੇ ਆ ਸੂਟਾਂ 'ਚ ਇਹਨਾਂ ਦੇ। ਲੈ ਆ ਮੇਰਾ ਸੂਟ ਤਾਂ ਨਾ ਪ੍ਰੈਸ ਹੋ ਗਿਆ, ਅਤੇ ਹੁਣ ਨਾ ਵੱਡੀ ਮੰਮੀ ਵਾਲਾ ਸੂਟ ਮੈਂ ਪੂਰੀ ਰੀਝ ਲਾ ਕੇ ਪ੍ਰੈਸ ਕਰੂੰਗੀ ਕਿ ਮੁੜ ਕੇ ਨਾ ਕੋਈ ਵਲ ਪਵੇ ਹੀ ਨਾ ਸੂਟ 'ਚ। ਲੈ ਹੁਣ ਹੋ ਪੂਰਾ ਵਧੀਆ ਪ੍ਰੈਸ ਸੂਟ, ਮੰਮੀ ਵੀ ਯਾਦ ਹੀ ਰੱਖੂਗੀ ਵੀ ਸੂਟ ਪ੍ਰੈਸ ਕਰਾਇਆ ਸੀ। ਮੈਨੂੰ ਤਾਂ ਹੋ ਗਿਆ ਪੁੱਤ ਕੱਪੜੇ ਪ੍ਰੈਸ। ਹਾਂਜੀ ਮੰਮੀ, ਬਾਕੀ ਸੂਟ ਤਾਂ ਪ੍ਰੈਸ ਹੋ ਗਏ ਪਰ ਇੱਕ ਪੰਗਾ ਪੈ ਗਿਆ। ਕੀ ਹੋ ਗਿਆ? ਮੇਰੇ ਤੋਂ ਨਾ ਮਾਸੀ ਵਾਲਾ ਸੂਟ ਮੱਚ ਗਿਆ। ਹੋ ਹੋ, ਕਰ ਤਾਂ ਉਹੀ ਕੰਮ, ਜੇ ਮੇਰਾ ਕੱਪੜਾ ਮੱਚ ਜਾਂਦਾ ਫਿਰ ਤਾਂ ਕੋਈ ਹੋਰ ਗੱਲ ਸੀ ਪੁੱਤ, ਆਹ ਤਾਂ ਬਹੁਤ ਔਖਾ ਹੋ ਗਿਆ। ਹੁਣ ਉਹਨੇ ਕਹਿਣਾ ਮੇਰਾ ਜਾਣ ਕੇ ਮਚਾਤਾ, ਇਹਦੇ ਨਾਲ ਤਾਂ ਮੈਂ ਆਪੇ ਕਰ ਲੈਂਦੀ ਪ੍ਰੈਸ। ਮੰਮੀ ਪ੍ਰੈਸ ਨਾ ਜ਼ਿਆਦਾ ਗਰਮ ਹੋ ਗਈ, ਸੂਟ ਨਾਲ ਹੀ ਚਿਪਕ ਗਿਆ। ਦੱਸ ਹਾਏ ਹਾਏ, ਸਾਰਾ ਹੀ ਮੱਚ ਗਿਆ। ਚੱਲ ਪਹਿਲਾਂ ਨਹਾ ਹੀ ਲਵਾਂ, ਸੱਚ ਸੂਟ ਪ੍ਰੈਸ ਕਰਤਾ ਦੇਖਾਂ। ਤੈਨੂੰ ਤਾਂ ਭੈਣੇ ਸੂਟ ਹੋਰ ਪਾਉਣਾ ਪੈਣਾ। ਕਿਉਂ? ਇਹਦੇ ਸੂਟ ਨੂੰ ਤਾਂ ਮਨਜੋਤ ਤੋਂ ਪ੍ਰੈਸ ਲੱਗ ਗਈ, ਦੇਖਾਂ ਕਿੰਨੀ ਕੁ ਲੱਗ ਗਈ। ਬੂ ਮੈਂ ਮਰ ਜਾਂ, ਨੀ ਨਵਾਂ ਹੀ ਸੂਟ ਖੇ ਕਰਕੇ ਰੱਖ ਦਿੱਤੀ ਨਾ, ਮੇਰਾ ਹੀ ਸੂਟ ਇੱਥੋਂ ਮੱਚਿਆ, ਆਪਣਾ ਨਹੀਂ ਮੱਚਿਆ। ਇਹ ਸੂਟ ਮੱਚਿਆ ਨਹੀਂ, ਇਹਨੇ ਜਾਣ ਕੇ ਮਚਾਇਆ, ਮੈਨੂੰ ਸਭ ਪਤਾ ਇਹਦਾ। ਲੈ ਇੱਕ ਤਾਂ ਮੈਂ ਤੁਹਾਡੇ ਸੂਟ ਪ੍ਰੈਸ ਕੀਤੇ, ਉੱਤੋਂ ਤੁਸੀਂ ਮੇਰੇ 'ਤੇ ਇਲਜ਼ਾਮ ਲਾਉਣੀ ਹੋ, ਹੱਦੀ ਹੋਈ ਪਈ ਹੈ ਤੁਹਾਡੇ ਵਾਲੀ। ਮੈਨੂੰ ਸਭ ਪਤਾ, ਸਭ ਜਾਣਦੀ ਹਾਂ ਮੈਂ, ਜਾਣ ਕੇ ਮਚਾਇਆ ਸੂਟ ਵੇ, ਅੱਗੇ ਵਾਸਤੇ ਸੂਟ ਪ੍ਰੈਸ ਕਰਨੇ ਨੂੰ ਨਾ ਕਹਿ ਦੇਵੇ ਕਿਤੇ। ਇਹੀ ਤਾਂ ਮੈਂ ਚਾਹੁੰਦੀ ਹਾਂ ਵੀ ਅੱਗੇ ਤੋਂ ਨਾ ਮੇਰੇ ਅੱਗੇ ਸੂਟ ਨਾ ਸਿੱਟਣ ਪ੍ਰੈਸ ਕਰਨ, ਆਪੇ ਪ੍ਰੈਸ ਕਰ ਲਿਆ ਕਰਨ। ਨਹੀਂ ਚੱਲ ਭੈਣੇ ਕੋਈ ਨਾ, ਤੂੰ ਹੋਰ ਪਾ ਲੈ, ਮੈਂ ਕਰ ਦਿੰਦਾ ਤੇਰਾ ਕੋਈ ਹੋਰ ਸੂਟ ਪ੍ਰੈਸ। ਰਹਿਣ ਦੇ ਭੈਣੇ, ਜਿਹੋ ਜਿਹੇ ਲੱਲਰ ਤੇਰੀ ਨੂੰਹ ਨੇ ਲਾਏ ਆ ਉਹੋ ਜਿਹੇ ਲੱਲਰ ਤੂੰ ਲਾ ਦੂੰਗੀ, ਆਪੇ ਕਰ ਲੈਂਦੀ ਹਾਂ ਮੈਂ ਪ੍ਰੈਸ, ਕੋਈ ਲੋੜ ਨਹੀਂ ਮੇਰਾ ਸੂਟ ਪ੍ਰੈਸ ਕਰਨ ਦੀ। ਮਾਸੀ ਜੀ ਪ੍ਰੈਸ ਨਾ ਗਰਮ ਹੀ ਪਈ ਆ, ਕਰ ਲਓ ਜਾ ਕੇ, ਮੈਂ ਉਹਨੇ ਕੋਈ ਹੋਰ ਕੰਮ ਕਰ ਲੈਂਦੀ ਹਾਂ। ਕਰ ਲਊਂਗੀ ਕਰ ਲਊਂਗੀ। ਤੇਰਾ ਰੰਗ ਕਾਲਾ ਵੇ, ਜਦੋਂ ਵੀ ਬੜੇ ਦਿਲ ਵਾਲਾ ਵੇ। ਭੈਣੇ ਤੂੰ ਕੱਪੜੇ ਆਪੇ ਧੋਣ ਲੱਗੀ ਪਈ ਆ,
ਮਨਜੋਤ ਨੂੰ ਕਹਿ ਦਿੰਦੀ ਉਹ ਕਿੱਥੇ ਆ? ਉਹ ਤਾਂ ਮਹਾਰਾਣੀ ਅੰਦਰ ਬੈਠੀ ਟੀਵੀ ਦੇਖਦੀ ਆ, ਨਾਲੇ ਕੀ ਪਤਾ ਪਹਿਲਾਂ ਸੂਟ ਮਚਾਤਾ ਹੁਣ ਧੋਂਦੀ ਧੋਂਦੀ ਪਾੜ ਕੇ ਸੁੱਟ ਦਿੰਦੀ ਵੀ ਮੇਰੇ ਤੋਂ ਫਟ ਗਿਆ ਪਤਾ ਨਹੀਂ ਲੱਗਾ। ਕੋਈ ਨੀ ਮਨਜੋਤ, ਤੂੰ ਇੱਥੇ ਆਰਾਮ ਨਾਲ ਟੀਵੀ ਦੇਖ ਰਹੀ ਆ ਭਾਈ, ਉਹ ਤੇਰੀ ਬੜੀ ਮਾਂ ਕੱਪੜੇ ਧੋਂਦੀ ਧੋਂਦੀ ਡਿੱਗ ਪਈ, ਆ ਜਾ ਫਟਾਫਟ। ਅੱਛਾ ਕੀ ਦੱਸ, ਪਤਾ ਨੀ ਕਿੰਨੀ ਕੁ ਸੱਟ ਲੱਗੀ ਹੋਣੀ। ਕੋਸ਼ਿਸ਼ ਕਰ, ਲੱਗਦਾ ਮੇਰਾ ਗਿੱਟਾ ਟੁੱਟ ਗਿਆ। ਸਾਡਾ ਨਾ ਕੁਛ ਸੁਣਾ ਦੀ ਮੰਮਾ, ਆਪਦੇ ਭਾਰਦੇ ਰਹਿ। ਹਾਏ ਮੇਰਾ ਗਿੱਟਾ, ਗਿੱਟਾ ਤਾਂ ਟੁੱਟਣਾ ਹੀ ਸੀਗਾ, ਇੰਨਾ ਤਾਂ ਵਜਨ ਵਧਾ ਰੱਖਿਆ ਹੈ, ਗਿੱਟੇ ਵਿਚਾਰੇ ਓਵਰਲੋਡ ਮੰਨ ਗਏ ਹੋਣੇ ਆ। ਨੀ ਮੈਂ ਕੀ ਤੇਰੀ ਮਾਂ ਦਾ ਖਾਨੀ ਆ, ਆਪਣੇ ਘਰੋਂ ਖਾਨੀ ਆ, ਕੁੱਤੇ ਵਾਂਗੂ ਭੌਂਕਣ ਲੱਗ ਪਈ, ਮੇਰਾ ਗਿੱਟਾ ਤਾਂ ਕੀ ਦੇਖਣਾ, ਉੱਪਰ ਦੀ ਹੋਰ ਹੋਰ ਗੱਲਾਂ ਕਰਦੀ ਆ। ਲੈ ਸੱਟ ਲੱਗੀ ਤੇ ਮੈਂ ਚੁੱਪ ਨਹੀਂ ਕਰਦੇ, ਲੜ ਨੂੰ ਤਾਂ ਮਾਸੀ ਜੀ ਨੇ ਸ਼ੇਰ ਨੇ ਜਾਵਾਂ। ਨੀ ਸੱਟ ਮੇਰੇ ਗਿੱਟੇ ਤੇ ਲੱਗੀ ਆ, ਜ਼ਬਾਨ ਤੇ ਨਹੀਂ ਲੱਗੀ। ਮੈਨੂੰ ਤਾਂ ਲੱਗਦਾ ਭੈਣੇ ਮੋਚ ਆ ਗਈ, ਟੁੱਟਿਆ ਨਹੀਂ ਹੈਗਾ, ਜੇ ਟੁੱਟਿਆ ਹੁੰਦਾ ਸੁੱਜ ਜਾਂਦਾ ਪੈਰ। ਮੰਮੀ ਜ਼ਿਆਦਾ ਬੈਠਣ ਕਰਕੇ ਨਾ ਆ ਗਿੱਟੇ ਵੀ ਅੱਜ ਮੰਮੀ ਦੇ ਸੋਲ ਹੋ ਗਏ, ਜੇ ਮਾੜਾ ਮੋਟਾ ਕੰਮ ਕੀਤਾ ਹੁੰਦਾ ਧਾਤ ਪਈ ਹੁੰਦੀ। ਦੇਖ ਲੈ ਹਜੇ ਵੀ ਇਹਦੀ ਕਿਵੇਂ ਕੈਂਚੀ ਵਾਂਗੂ ਜਵਾਨ ਚੱਲਦੀ ਆ, ਕਰਦੇ ਆ ਚੁੱਪ। ਮੈਂ ਸਾਡੀ ਸੱਸ ਦੇ ਸੱਟ ਲੱਗੀ ਆ, ਮੈਂ ਚੁੱਪ ਕਰ ਜਮਾ। ਚੱਲ ਨੀ ਬਾਹੋ, ਤੂੰ ਅੰਦਰ ਜਾ ਕੇ ਤੇਲ ਲਿਆ ਕੱਢ ਕੇ ਹਲਦੀ ਪਾਣੀ ਵਿੱਚ। ਹਾਏ ਰਹਿਣ ਦੇ ਭੈਣੇ ਰਹਿਣ ਦੇ, ਮੈਂ ਆਪੇ ਔੜ ਪੋੜ ਕਰ ਲੂੰਗੀ, ਇਹਦਾ ਕੀ ਪਤਾ ਕਾੜ ਕੇ ਤੇਲ ਤੱਤਾ ਮੇਰੇ ਗਿੱਟੇ ਦੇ ਪਾ ਦੇਵੇ, ਮੈਨੂੰ ਤਾਂ ਇਹਦੇ ਤੋਂ ਡਰ ਲੱਗਦਾ ਹੁਣ। ਹਜੇ ਤਾਂ ਬੁੜੀ ਚਲਿੱਤਰੀ 5-7 ਚੱਲੇ ਨੇ, ਜੇ ਤੇਰੇ 'ਚ 365 ਚਲਿੱਤਰ ਆ ਤਾਂ ਮੇਰੇ 'ਚ ਵੀ 365 ਹੀ ਆ, ਜੁਗ ਨੂੰ ਜੁਗ ਤਾਂ ਹੁਣ ਟੱਕਰਿਆ। ਤੂੰ ਮਨਜੋਤ ਭੈਣ ਦੇ ਕੱਪੜੇ ਸੁੱਕਣੇ ਪਾ ਦੇ, ਤੇਲ ਤਾਂ ਮੈਂ ਆਪੇ ਗਰਮ ਕਰ ਲਿਆਉਣੀ ਆ। ਰਹਿਣ ਦੇ ਭੈਣੇ, ਕੱਪੜੇ ਵੀ ਤੇਰੀ ਸੱਸ ਹੀ ਸੁੱਕਣੇ ਪਾ ਦੂੰਗੀ, ਤੂੰ ਜਾ ਕੇ ਮਹਾਰਾਣੀ ਟੀਵੀ ਦੇਖ ਲੈ ਅੰਦਰ, ਜਾਂ ਫੋਨ ਚਲਾ ਲਾ। ਠੀਕ ਹੈ ਮਾਸੀ ਜੀ। ਮੈਂ ਤਾਂ ਦੂਜੀ ਨੂੰ ਮਾੜਾ ਸਮਝਦੀ ਸੀ, ਇਹ ਤਾਂ ਉਹਦੇ ਨਾਲ ਵੀ 4 ਰਤੀਆਂ ਉੱਤੇ ਹੈ, ਉਹ ਡਰਦੀ ਕੰਮ ਤਾਂ ਕਰੀ ਜਾਂਦੀ ਸੀ, ਇਹਦੀ ਤਾਂ ਗੱਠ ਦੀ ਜਵਾਨ ਹੈ, ਕਿਵੇਂ ਬੋਲਦੀ ਆ, ਇਹਦੇ ਨਾਲ ਤਾਂ ਉਹ ਚੰਗੀ ਸੀ। ਤੂੰ ਨਾ ਕਦੀ ਮਾਂ ਦਾ ਦੁੱਖ ਸਮਝੀ, ਮਾਂ ਦੀਆਂ ਗੱਲਾਂ ਤਾਂ ਤੈਨੂੰ ਮਜ਼ਾਕ ਹੀ ਲੱਗਦੀਆਂ। ਉੱਤੇ ਇੱਕ ਗੱਲ ਕਹਾਂ, ਜਾ ਕੇ ਸੋਰੀ ਬਹੂ ਨੂੰ ਲੈ। ਲੈ ਹੋਰ ਨਾ ਕੁਛ ਕਹਿ ਦੇ, ਤਲਾਕ ਲੈਣਾ ਉੱਥੇ ਤੂੰ, ਘਰ 'ਚ 100 ਕਿੱਸੇ ਗਿੱਲੇ ਹੋ ਜਾਂਦੇ ਨੇ, ਚੁੱਪ ਕਰਕੇ ਜਾ ਲੈ ਕੇ ਆ ਬਹੂ ਨੂੰ। ਅਬੀ ਕੱਪੜੇ ਠੀਕ ਨੇ ਕਿ ਹੋਰ ਪੱਕ ਜਾਵਾਂ? ਕੱਪੜੇ ਤਾਂ ਠੀਕ ਹੈ, ਵੈਸੇ ਇਹਨੇ ਟੌਰ ਕਿਉਂ ਦੇਖ ਰਿਹਾ, ਟੌਰ ਕੱਢ ਕੇ ਜਾਣਾ ਕਿੱਥੇ ਆ?
ਭਾਬੀ ਮੇਰਾ ਸੌਰੀ ਜਾਣਾ, ਪਰ ਤੇਰੀ ਮਿਹਰਬਾਨੀ ਹੋ ਗਈ, ਮਾਤਾ ਸਿੱਧੀ ਹੋ ਗਈ, ਕਹਿੰਦੀ ਮੈਂ ਫੋਨ ਕਰ ਦੇਣੀ ਆ, ਲਿਆ ਜਾ ਕੇ ਉਹਨੂੰ। ਲੈ ਦੇਖ ਲਾ, ਤੇਰੀ ਬਹੁਤ ਤਾਂ ਹੋਈ ਨਹੀਂ ਲੁੱਟ, ਆ ਕਰਤੀ ਨਾ ਜਮਾਂ ਤਕਲੇ ਵਾਂਗੂ ਸਿੱਧੀ, ਆ ਤੇਰਾ ਟੁੱਟਦਾ ਟੁੱਟਦਾ ਘਰ ਤਾਂ ਮੈਂ ਬਚਾ ਹੀ ਦਿੱਤਾ। ਹੋਰ ਭਾਬੀ, ਉਹ ਤਾਂ ਬਸ ਰੋਣ ਜੋਗੀ ਹੋਤੀ। ਚੱਲ ਛੱਡ ਉਹਨਾਂ ਗੱਲਾਂ ਨੂੰ, ਜੇ ਸੌਰੀ ਨਹੀਂ ਚੱਲੇ ਨਾ, ਵਧੀਆ ਟੌਰ ਕੱਢ ਕੇ ਜਾਂ ਕੋਈ ਹੋਰ ਕੱਪੜੇ ਪਾ ਲਾ ਵੀਰੇ। ਮਾਤਾ ਆ ਕੀ ਭਾਣਾ ਵਰਤ ਗਿਆ, ਪੱਟੀਆਂ ਕਰ ਰੱਖੀਆਂ ਨੇ। ਤੇਰੀ ਤੀਵੀਂ ਦੀ ਮਿਹਰਬਾਨੀ ਆ। ਤੀਵੀਂ ਦੀ ਮਿਹਰਬਾਨੀ ਆ, ਕੀ ਗੱਲ, ਉਹਨੇ ਤੋੜਤਾ? ਬੇ ਪੁੱਤ ਕਾਹਨੂੰ, ਤੇਰੀ ਮਾਸੀ ਤਾਂ ਇੱਥੇ ਕੱਪੜੇ ਧੋ ਰਹੀ ਸੀਗੀ, ਪੈਰ ਉੜਕ ਗਿਆ, ਗਿੱਟੇ 'ਤੇ ਸੱਟ ਲੱਗ ਗਈ, ਮੋਚ ਆ ਗਈ ਗਿੱਟੇ 'ਤੇ। ਨਾਲੇ ਪੁੱਤ ਮਨਜੋਤ ਨੂੰ ਕਹਿ ਦੁੱਧ ਪਾੜ ਕੇ ਪਨੀਰ ਕੱਢ ਲੂਗੀ, ਇੰਦਰ ਅੱਜ ਬਹੁ ਨੂੰ ਲੈਣ ਗਿਆ। ਭਾਬੀ ਨੇ ਕਿਹਾ ਵੀ ਆ ਕੇ ਲੈ ਜਾਓ, ਕਿੰਦਰ ਆਪੇ ਚਲਾ ਗਿਆ। ਨਾ ਨਾ ਪੁੱਤ, ਮੈਂ ਫੋਨ ਕਰਿਆ ਸੀ, ਮੈਂ ਕਿਹਾ ਧੀਏ ਕਿੰਨਾ ਕੁ ਟਾਈਮ ਇੱਥੇ ਪੇਕੇ ਘਰ ਬੈਠੀ ਰਹੂੰਗੀ, ਅਸਲੀ ਘਰ ਤਾਂ ਤੇਰਾ ਸਹੁਰੇ ਘਰ ਹੀ ਆ, ਮੈਂ ਹੀ ਭੇਜਿਆ ਇੰਦਰ ਨੂੰ। ਕਮਾਲ ਆ ਮਾਤਾ, ਮੈਨੂੰ ਤੇਰੀਆਂ ਗੱਲਾਂ 'ਤੇ ਯਕੀਨ ਜਿਹਾ ਹੀ ਨਹੀਂ ਹੋ ਰਿਹਾ। ਇਹ ਕਰਾਮਾਤ ਕਿਵੇਂ ਹੋ ਗਈ, ਤੂੰ ਭਾਬੀ ਨਾਲ ਇੰਨੇ ਪਿਆਰ ਨਾਲ ਗੱਲ ਕਿਵੇਂ ਕਰ ਲਈ? ਮੈਨੂੰ ਤਾਂ ਨਹੀਂ ਇਹ ਤੁਹਾਡੀ ਗੱਲ ਜੀ ਹਜਮ ਆ ਰਹੀ। ਤੇਰੀ ਤੀਵੀਂ ਨੇ ਮੈਨੂੰ ਤਪਾ ਰੱਖਿਆ, ਇਹਨੂੰ ਤਾਂ ਜਮਾਂ ਹੀ ਬੋਲਣ ਦੀ ਅਕਲ ਨਹੀਂ, ਇਹਦੇ ਨਾਲੋਂ ਤਾਂ ਉਹ 100 ਗੁਣਾ ਚੰਗੀ ਹੈ। ਅੱਛਾ ਅੱਛਾ, ਫਿਰ ਸਿੱਧਾ ਹੀ ਕਹਿ ਮਾਤਾ ਵੀ ਮਨਜੋਤ ਨੇ ਵੱਟ ਕੱਢਤੇ, ਸ਼ੇਰ ਨੂੰ ਮਹਾਂ ਸ਼ੇਰ ਟੱਕਰ ਗਿਆ।